ਬਿਲਾਵਲ। ਇਹ ਬਾਣੀ ਰਾਗ ਬਿਲਾਵਲ ਵਿੱਚ ਉਚਾਰਨ ਕੀਤੀ ਹੋਈ ਹੈ। ਗ੍ਰਹਿ ਤਜ ਬਣਖੰਡ ਜਾਈਐ ਚੁਨ ਖਾਈਐ ਕੰਧਾ। ਜੇ ਗ੍ਰਸਤ ਤਿਆਗ ਕੇ ਜੰਗਲਾਂ ਵਿੱਚ ਚਲੇ ਜਾਈਏ ਅਤੇ ਗਾਜਰ ਮੂਲੀ ਆਦਿ ਖਾ ਕੇ ਗੁਜ਼ਾਰਾ ਕਰੀਏ। ਅਜੋ ਵਿਕਾਰ ਨਾ ਛੋਡੇਈ ਪਾਪੀ ਮਨ ਮੰਦਾ। ਤਾਂ ਵੀ ਇਹ ਪਾਪੀ ਚੰਦਰਾ ਮਨ ਵਿਕਾਰ ਨਹੀਂ ਛੱਡਦਾ। ਕਿਉਂ ਛੂਟੋ ਕੈਸੇ ਤਰੋ ਪਵ ਜਲ ਨਿਧ ਭਾਰੀ। ਮੈਂ ਕਿਵੇਂ ਇਹਨਾਂ ਤੋਂ ਖੁਲਾਸੀ ਕਰਾਵਾਂ? ਇਹ ਸੰਸਾਰ ਬੜਾ ਵੱਡਾ ਸਮੁੰਦਰ ਹੈ, ਮੈਂ ਕਿਵੇਂ ਇਸ ਤੋਂ ਪਾਰ ਲੰਘਾਂ? ਰਾਖ ਰਾਖ ਮੇਰੇ ਬੀਠੁਲਾ ਜਨ ਸਰਣ ਤੁਮਹਾਰੀ। ਰਹਾਓ ਹੇ ਮੇਰੇ ਪਰਮਾਤਮਾ, ਮੈਂ ਤੇਰਾ ਦਾਸ ਤੇਰੀ ਸ਼ਰਨ ਆਇਆ ਹਾਂ, ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾ। ਬਿਖੇ ਬਿਖੇ ਕੀ ਬਾਸਨਾ ਤਜੀ ਨਾ ਜਾਈ। ਹੇ ਮੇਰੇ ਬੀਠਲ, ਮੇਰੇ ਤੋਂ ਇਹਨਾਂ ਅਨੇਕਾਂ ਕਿਸਮਾਂ ਦੇ ਵਿਸ਼ਿਆਂ ਦੇ ਚਸਕੇ ਛੱਡੇ ਨਹੀਂ ਜਾ ਸਕਦੇ। ਅਨੇਕ ਯਤਨ ਕਰ ਰਾਖੀਐ ਫਿਰ ਫਿਰ ਲਪਟਾਈ। ਕਈ ਯਤਨ ਕਰਕੇ ਇਸ ਮਨ ਨੂੰ ਰੋਕੀਦਾ ਹੈ, ਪਰ ਇਹ ਮੁੜ ਮੁੜ ਵਿਸ਼ਿਆਂ ਦੀਆਂ ਵਾਸ਼ਨਾ ਨੂੰ ਜਾ ਚੰਬੜਦਾ ਹੈ। ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨੀਕਾ। ਬੁਢੇਪਾ ਆ ਗਿਆ, ਜਵਾਨੀ ਦੀ ਉਮਰ ਲੰਘ ਗਈ ਹੈ, ਪਰ ਮੈਂ ਹੁਣ ਤੱਕ ਕੋਈ ਚੰਗਾ ਕੰਮ ਨਹੀਂ ਕੀਤਾ। ਇਹੋ ਜੀਰਾ ਨਿਰਮੋਲ ਕੋ ਕੋਡੀ ਲੱਗ ਮੀਕਾ। ਮੇਰੀ ਇਹ ਜਿੰਦ ਅਮੋਲਕ ਸੀ, ਪਰ ਮੈਂ ਇਸਨੂੰ ਕੋਡੀ ਦੇ ਬਰਾਬਰ ਕਰ ਦਿੱਤਾ ਹੈ। ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਵ ਵਿਆਪੀ। ਹੇ ਕਬੀਰ, ਆਪਣੇ ਪ੍ਰਭੂ ਅੱਗੇ ਇਉਂ ਬੇਨਤੀ ਕਰ। ਹੇ ਪਿਆਰੇ ਪ੍ਰਭੂ, ਤੂੰ ਸਭ ਜੀਵਾਂ ਵਿੱਚ ਵਿਆਪਕ ਹੈ ਅਤੇ ਸਭ ਦੇ ਦਿਲ ਦੀ ਜਾਣਨ ਵਾਲਾ ਹੈ। ਮੇਰਾ ਅੰਦਰਲਾ ਹਾਲ ਵੀ ਤੂੰ ਜਾਣਦਾ ਹੈ। ਤੁਮ ਸੰਸਰ ਨਾਹੀ ਦਿਆਲ, ਮੋਹੇ ਸੰਸਰ ਪਾਪੀ। ਤੇਰੇ ਜਿੰਨਾ ਕੋਈ ਦਇਆ ਕਰਨ ਵਾਲਾ ਨਹੀਂ ਅਤੇ ਮੇਰੇ ਵਰਗਾ ਕੋਈ ਪਾਪੀ ਨਹੀਂ, ਸੋ ਮੈਨੂੰ ਤੂੰ ਆਪ ਹੀ ਇਹਨਾਂ ਵਿਕਾਰਾਂ ਤੋਂ ਬਚਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।